ਦੋਸਤੋ, ਅੱਜ ਦੇ ਸਮੇਂ ਦੇ ਵਿੱਚ ਕਿਸਾਨੀ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਇੱਕ ਪਾਸੇ ਜਿੱਥੇ ਕਿਸਾਨੀ ਦੇ ਅੱਗੇ ਵੱਡੇ ਸੰਕਟ ਨੇ, ਉੱਥੇ ਕਿਸਾਨੀ ਰੋਜ਼ਮਰ੍ਹਾ ਦੀਆਂ ਚੀਜ਼ਾਂ ਦੇ ਨਾਲ ਜੂਝ ਰਹੀ ਹੈ, ਰੋਜ਼ਮਰ੍ਹਾ ਦੇ ਸੰਕਟ ਨੇ। ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ ਕਿ ਮੰਡੀਆਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਕਿਸਾਨ ਰੁਲਿਆ, ਜਿਸ ਤਰੀਕੇ ਦੇ ਨਾਲ ਕਿਸਾਨ ਖੱਜਲ ਖੁਆਰ ਹੋਇਆ, ਉਹ ਹਲੇ ਚੰਦ ਦਿਨ ਪਹਿਲਾਂ ਦੀ ਗੱਲ ਹੈ। ਇੱਕ ਪਾਸੇ ਜਿੱਥੇ ਕਿਸਾਨ ਖੇਤੀ ਨੂੰ ਇਹ ਕਹਿ ਕੇ ਛੱਡ ਰਹੇ ਨੇ ਤੇ ਕਿ ਖੇਤੀ ਦਾ ਘਾਟੇ ਦਾ ਸੌਦਾ ਆਪਣੀਆਂ ਜ਼ਮੀਨਾਂ ਵੇਚੋ, ਕੋਈ ਤੁਸੀਂ ਕਾਰੋਬਾਰ ਸੈੱਟ ਕਰੋ ਜਾਂ ਵਿਦੇਸ਼ਾਂ ਦੇ ਵਿੱਚ ਤੁਸੀਂ ਆਪਣੇ ਬੱਚੇ ਭੇਜੋ। ਦੂਜੇ ਪਾਸੇ ਲਗਾਤਾਰ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਕਾਰਪੋਰੇਟ ਗਲਬਾ ਕਿਸਾਨੀ ਦੇ ਉੱਪਰ ਭਾਰੀ ਹੈ, ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਦੀ ਜ਼ਮੀਨ ਲੱਭਣੀ ਨਹੀਂ, ਇਹੋ ਜਿਹੇ ਜਿਹੜੇ ਪ੍ਰੋਜੈਕਟ ਨੇ ਉਹ ਪ੍ਰੋਜੈਕਟ ਆ ਰਹੇ ਨੇ। ਇੱਕ ਪਾਸੇ ਕਿਸਾਨਾਂ ਦੀ ਫਸਲਾਂ ਦੇ ਭਾਅ ਨਹੀਂ ਮਿਲਦੇ, ਦੂਜੇ ਪਾਸੇ ਕਿਸਾਨ ਲਗਾਤਾਰ ਪੰਜਾਬ ਦੇ ਵਿੱਚ ਖੁਦਕੁਸ਼ੀਆਂ ਕਰ ਰਿਹਾ, ਯਾਨੀ ਕਿਸਾਨੀ ਦੇ ਸਾਹਮਣੇ ਇੱਕ ਵੱਡਾ ਸੰਕਟ ਹੈ, ਇੱਕ ਵੱਡਾ ਟੋਆ। ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ ਇੱਕ ਵਾਰ ਫਿਰ ਜ਼ਮੀਨਾਂ ਲੈਣ ਦਾ ਮਾਮਲਾ ਚਰਚਾ ਦੇ ਵਿੱਚ ਆਉਂਦਾ, ਜਦੋਂ ਜਿਹੜੇ ਇਕਨੋਮਿਕ ਕੋਰੀਡੋਰ ਬਣ ਰਹੇ ਨੇ ਜਿਹਦੇ 'ਚ ਅੰਮ੍ਰਿਤਸਰ ਤੋਂ ਜਾਮਨਗਰ ਤੱਕ ਕੋਰੀਡੋਰ ਤਹਿਤ ਪੰਜਾਬ ਦੀਆਂ ਜ਼ਮੀਨਾਂ ਐਕੁਆਇਰ ਕੀਤੀਆਂ ਜਾ ਰਹੀਆਂ ਨੇ, ਉਹਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਨੇ ਏਕਤਾ ਉਗਰਾ ਹਾਂ, ਜਿਨ੍ਹਾਂ ਨੇ ਵੱਡਾ ਸੰਘਰਸ਼ ਇੱਕ ਉਲੀਕਿਆ। ਉਹਨਾਂ ਨੇ ਕਿਹਾ ਕਿ ਕਿਸਾਨਾਂ ਦੀਆਂ ਜਿਹੜੀਆਂ ਜ਼ਮੀਨਾਂ ਨੇ ਪਹਿਲਾਂ ਤਾਂ ਲੈਣੀਆਂ ਇਹ ਵਾਜਬ ਨਹੀਂ, ਕਿਉਂਕਿ ਇਹ ਉਪਜਾਊ ਜ਼ਮੀਨਾਂ ਨੇ ਜਿਹਦੇ ਸਿਰ 'ਤੇ ਦੁਨੀਆ ਕਿਸਾਨ ਰੋਟੀ ਖਾਂਦੀ ਹੈ। ਦੂਜੇ ਪਾਸੇ ਇਹ ਕਿ ਤੁਸੀਂ ਫਿਰ ਜਿਹੜਾ ਤੁਹਾਡਾ ਭਾਅ ਦਾ ਕ੍ਰਾਈਟੇਰੀਆ ਮਿੱਥਿਆ ਹੋਇਆ, ਉਹਦੇ 'ਚ ਬੇਨਾਮੀਆਂ ਕਿਉਂ ਨੇ, ਉਹਦੇ 'ਚ ਵੱਡਾ ਪਾੜ ਕਿਉਂ ਨੇ ਮੁਆਵਜ਼ਿਆਂ ਦੇ ਵਿੱਚ। ਪਿਛਲੇ ਦਿਨੀ ਬਠਿੰਡਾ ਜ਼ਿਲ੍ਹੇ ਦੇ ਪਿੰਡ ਭਗਵਾਨਗੜ੍ਹ ਦੂਨੇਵਾਲਾ ਸ਼ੇਰਗੜ੍ਹ ਦੇ ਵਿੱਚ ਇੱਕ ਵੱਡਾ ਸੰਘਰਸ਼ ਹੋਇਆ, ਇਕਨੋਮਿਕ ਕੋਰੀਡੋਰ ਜਿਹੜੇ ਭਾਰਤ ਵਾਲਾ ਪ੍ਰੋਜੈਕਟ ਦੇ ਤਹਿਤ ਬਣ ਰਹੇ ਨੇ, ਇਹਦੇ 'ਤੇ ਹੀ ਗੱਲ ਕਰਾਂਗੇ। ਅਤੇ ਗੱਲ ਕਰਨ ਦੇ ਲਈ ਮੇਰੇ ਨਾਲ ਜੋਗਿੰਦਰ ਸਿੰਘ ਉਗਰਾਹਾਂ ਸਾਹਿਬ ਨੇ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਨੇ। ਉਗਰਾਹਾਂ ਸਾਹਿਬ, ਸਤਿ ਸ਼੍ਰੀ ਅਕਾਲ, ਸਵਾਗਤ ਤੁਹਾਡਾ ਪ੍ਰੋਗਰਾਮ 'ਚ ਜੀ। ਧੰਨਵਾਦ ਜੀ, ਧੰਨਵਾਦ ਜੀ। ਉਗਰਾਹਾਂ ਸਾਹਿਬ, ਜਿਵੇਂ ਮੈਂ ਕਿਹਾ ਕਿ ਕਿਸਾਨੀ ਅੱਗੇ ਤਾਂ ਰੋਜ਼ ਚੁਣੌਤੀਆਂ ਨੇ, ਇੱਕ ਪਾਸੇ ਆਪਾਂ ਪੰਜਾਬ ਦੇ ਵਿੱਚ ਵੀ ਦੇਖ ਰਹੇ ਹਾਂ ਕਿ ਹੁਣ ਵੀ ਲਗਾਤਾਰ ਕਿਸਾਨ ਸਟਰਗਲ ਚੱਲ ਰਹੇ ਨੇ, ਭਾਵੇਂ ਸ਼ੰਭੂ ਬੈਠੇ ਕਿਸਾਨ ਹੋ ਗਏ, ਖਨੌਰੀ ਬਾਰਡਰ ਬੈਠੇ ਕਿਸਾਨ ਹੋ ਗਏ, ਹੋਰ ਕਿਸਾਨ ਜਥੇਬੰਦੀਆਂ ਹੋ ਗਈਆਂ ਜਿਹੜੀਆਂ ਲੜਾਈਆਂ ਲੜ ਰਹੀਆਂ ਨੇ, ਅਤੇ ਉਗਰਾਹਾਂ ਜਥੇਬੰਦੀ ਲਗਾਤਾਰ ਆਪਣੇ ਪ੍ਰੋਗਰਾਮ ਉਲੀਕ ਰਹੀ ਹੈ, ਲੜਾਈ ਲੜ ਰਹੀ ਹੈ। ਪਿਛਲੇ ਦਿਨੀ ਜੋ ਕੁਛ ਬਠਿੰਡਾ ਜ਼ਿਲ੍ਹੇ ਦੇ ਵਿੱਚ ਹੋਇਆ, ਅਤੇ ਤਿੰਨ ਪਿੰਡਾਂ ਦੇ ਵਿੱਚ ਭਾਰਤ ਵਾਲਾ ਪ੍ਰੋਜੈਕਟ ਦੀ ਜ਼ਮੀਨ ਨੂੰ ਲੈ ਕੇ, ਉਗਰਾਹਾਂ ਸਾਹਿਬ, ਇਹ ਮਾਮਲਾ ਕੀ ਸੀ ਕਿ ਮੁਆਵਜ਼ੇ ਨਹੀਂ ਸਹੀ ਦਿੱਤੇ ਗਏ, ਕਿਸਾਨ ਆਪਣੀਆਂ ਜ਼ਮੀਨਾਂ ਦੇਣੀਆਂ ਚਾਹੁੰਦੇ ਨਹੀਂ, ਇਹ ਪੂਰਾ ਮਾਮਲਾ ਕੀ ਹੈ? ਉਸ ਤੋਂ ਬਾਅਦ ਫਿਰ ਆਪਾਂ ਅੱਗੇ ਪੁਆਇੰਟਾਂ 'ਤੇ ਗੱਲ ਕਰਦੇ ਹਾਂ ਜੀ। ਦੇਖੋ ਗੁਰਜਿੰਦਰ, ਪਹਿਲੀ ਗੱਲ, ਜਿਹੜੀ ਭਾਰਤਮਾਲਾ ਪ੍ਰੋਜੈਕਟ ਦੀਆਂ ਇਹ ਸੜਕਾਂ ਨੇ, ਇਹ ਸਾਡੇ ਵਾਸਤੇ ਨਹੀਂ ਕੱਢੀਆਂ ਜਾ ਰਹੀਆਂ। ਇਹ ਜਦੋਂ ਭਾਰਤਮਾਲਾ ਪ੍ਰੋਜੈਕਟ ਦੀ ਆਈਆਂ ਨੇ ਗੱਲਾਂ, ਪਹਿਲਾਂ ਅੱਜ ਦੋ ਵਾਰੀ ਇਹਦੀ ਤੇ ਭਗਵੰਤ ਮਾਨ ਨਾਲ ਸਾਡੀ ਮੀਟਿੰਗ ਹੋ ਗਈ ਮੁੱਖ ਮੰਤਰੀ ਸਾਹਿਬ ਨਾਲ। ਅਸੀਂ ਮੁੱਖ ਮੰਤਰੀ ਸਾਹਿਬ ਨੂੰ ਗੱਲ ਇਹ ਕਹੀ ਆ ਵੀ ਇਹ ਜਿਹੜੀ ਭਾਰਤਮਾਲਾ ਪ੍ਰੋਜੈਕਟ ਦੀਆਂ ਸੜਕਾਂ ਤੁਸੀਂ ਕੱਢ ਰਹੇ ਹੋ, ਇਹ 'ਚ ਜਿਹੜੀਆਂ ਕਿਸਾਨਾਂ ਨੇ ਜ਼ਮੀਨਾਂ ਆ ਰਹੀਆਂ ਨੇ ਉਹਨਾਂ ਦੇ ਡਿਫਰੈਂਟ ਰੇਟ ਨੇ, ਇਸ ਕਰਕੇ ਸਾਰੀਆਂ ਜ਼ਮੀਨਾਂ ਜਿਹੜੀਆਂ ਤੁਸੀਂ ਲੈ ਰਹੇ ਹੋ ਕਿਸਾਨਾਂ ਦੀ ਮਰਜ਼ੀ ਤੋਂ ਬਿਨਾਂ ਨਾ ਕੱਢੀਆਂ ਜਾਣ। ਜਿਹੜੀ ਭਾਰਤਮਾਲਾ ਪ੍ਰੋਜੈਕਟ ਦੀਆਂ ਸੜਕਾਂ ਦਾ ਸਰਕਾਰ ਨੇ ਜੀ ਲਿਆਂਦੀ ਆ ਪਲੈਨ, ਸਾਡਾ ਇੱਥੇ ਵਿਰੋਧ ਇਸ ਕਰਕੇ ਆ ਕਿ ਪਹਿਲੀ ਗੱਲ ਤਾਂ ਇਹ ਸੜਕਾਂ ਸਾਡੇ ਵਾਸਤੇ ਨਹੀਂ, ਕਾਰਪੋਰੇਟ ਵਾਸਤੇ ਹੈ, ਉਹਨਾਂ ਦੀ ਲੋੜ ਵਾਸਤੇ ਕੱਢ ਰਹੇ ਹੋ ਤੁਸੀਂ। ਫਿਰ ਕਿਸਾਨਾਂ ਦੀ ਮਰਜ਼ੀ ਤੋਂ ਬਿਨਾਂ ਇਹ ਜ਼ਬਰਦਸਤੀ ਡਿਫਰੈਂਟ ਰੇਟ 'ਤੇ ਜਿਹੜੀਆਂ ਜ਼ਮੀਨਾਂ ਤੁਸੀਂ ਨੱਪ ਰਹੇ ਹੋ, ਕਿਸਾਨਾਂ ਦੀ ਮਰਜ਼ੀ ਤੋਂ ਬਿਨਾਂ ਜਾ ਕੇ ਜਬਰੀ ਮਸ਼ੀਨਾਂ ਉੱਥੇ ਚਲਾ ਕੇ ਕੰਮ ਚਲਾਉਣਾ ਸ਼ੁਰੂ ਕਰ ਰਹੇ ਹੋ, ਇਹ ਤੁਹਾਡਾ ਤਰੀਕਾ ਠੀਕ ਨਹੀਂ। ਮਾਨ ਸਾਹਿਬ ਨੇ ਇਹ ਪੁੱਛ ਸਾਡੀ ਗੱਲ ਮੰਨੀ ਹੈ ਵੀ ਕਿਸਾਨਾਂ ਦੀ ਮਰਜ਼ੀ ਤੋਂ ਬਿਨਾਂ, ਉਹਨਾਂ ਦੀ ਸਹਿਮਤੀ ਤੋਂ ਬਗੈਰ ਕਿਸੇ ਭਾਰਤਮਾਲਾ ਪ੍ਰੋਜੈਕਟ 'ਤੇ ਕੰਮ ਨਹੀਂ ਚਲਾਇਆ ਜਾਊਗਾ। ਯਾਨੀ ਫਿਰ ਵੀ ਇਹ ਕਹਿ ਕੇ ਵੀ, ਦੋ ਵਾਰ ਵਾਅਦਾ ਕਰਕੇ ਵੀ, ਮਲੇਰਕੋਟਲਾ ਦੇ ਵਿੱਚ ਵੀ, ਦੁਨੇਵਾਲਾ ਪਿੰਡ ਦੇ ਵਿੱਚ ਵੀ, ਅਤੇ ਪਹਿਲਾਂ ਪਥਰਾਲੇ ਦੇ ਵਿੱਚ ਵੀ, ਇਹ ਧੱਕੜਸ਼ਾਹੀ ਅਤੇ ਲਾਠੀਚਾਰਜ ਵਾਲਾ ਕੰਮ ਜਿਹੜਾ ਹੋਇਆ, ਜਿਹੜੀ ਇਹ ਘਟਨਾ ਵਾਪਰੀ ਹੈ 23 ਤਰੀਕ ਵਾਲੇ ਦਿਨ, 22 ਤਰੀਕ ਵਾਲੇ ਦਿਨ, ਇਹ ਸਰਕਾਰ ਨੇ ਜਬਰੀ 21 ਤਰੀਕ 21 ਨਵੰਬਰ ਵਾਲੇ ਦਿਨ
ਦੋਨਿਆਂ ਵਾਲੇ ਪਿੰਡ ਦੇ ਵਿੱਚ ਜਬਰੀ ਮਸ਼ੀਨਾਂ ਲਿਆ ਕੇ ਜ਼ਮੀਨਾਂ 'ਤੇ ਕਬਜ਼ਾ ਕਰ ਦਿੱਤਾ, ਜਿਹੜਾ ਕਿ ਸਰਾਸਰ ਗਲਤ ਹੈ। ਅਸੀਂ ਇਸ ਸਮਝਦੇ ਹਾਂ ਵੀ ਇਹ ਧੱਕੜ ਚਾਹੀਏ, ਇਹ ਕਾਰਪੋਰੇਟ ਦੇ ਪੱਖ 'ਚ ਭੁਗਤਣ ਵਾਲੀ ਕਾਰਵਾਈ। ਜੀ ਗੁਰਾਂ ਸਾਹਿਬ, ਮੈਂ ਤੁਹਾਡੀ ਬਾਈਟ ਸੁਣ ਰਿਹਾ ਸੀ। ਤੁਸੀਂ ਕਹਿ ਰਹੇ ਸੀ ਕਿ ਮਨਪ੍ਰੀਤ ਬਾਦਲ ਨੂੰ 1 ਕਰੋੜ ਤੱਕ ਦਾ ਜਿਹੜਾ ਕੰਪਨਸੇਸ਼ਨ ਸੀ ਉਹ ਦਿੱਤਾ ਗਿਆ, ਅਤੇ ਦੂਜੇ ਪਾਸੇ ਕਿਸੇ ਨੂੰ 72 ਲੱਖ 82 ਲੱਖ ਦਿੱਤਾ ਗਿਆ, ਇੱਥੇ ਤੁਸੀਂ 40 ਲੱਖ ਦੇ ਰਹੇ ਹੋ। ਉਹ ਕੀ ਕ੍ਰਾਈਟੇਰੀਆ ਅਲੱਗ ਅਲੱਗ ਕੰਪਨਸੇਸ਼ਨ ਦੇਣ ਦਾ? ਅਤੇ ਦੂਜਾ, ਪ੍ਰਸ਼ਾਸਨ ਕਹਿ ਰਿਹਾ ਸੀ ਕਿ ਇਹ ਜ਼ਮੀਨਾਂ 'ਤੇ ਕਬਜ਼ਾ ਹੁਣ ਕੀਤਾ ਗਿਆ, ਜਿਹੜੇ ਪੈਸੇ ਸੀ, ਪੈਸੇ 1.5 ਸਾਲ ਪਹਿਲਾਂ ਅਸੀਂ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪਾ ਤੇ, ਕਿਸਾਨਾਂ ਨੇ ਪੈਸੇ ਚੱਕ ਲਏ। ਦੇਖੋ ਜੀ, ਇਹ ਪ੍ਰਸ਼ਾਸਨ ਦਾ ਕਹਿਣਾ ਨਾ, ਪ੍ਰਸ਼ਾਸਨ ਕਹਿ ਰਿਹਾ ਵੀ ਅਸੀਂ 1.5 ਸਾਲ ਪਹਿਲਾਂ ਪਾਤੀ। ਜਿਹੜੀ ਡਿਫਰੈਂਟ ਰੇਟ ਦੀ ਮੈਂ ਗੱਲ ਕਰਦਾ, ਮਨਪ੍ਰੀਤ ਬਾਦਲ ਦੀ ਜ਼ਮੀਨ ਨੂੰ ਕਮਰਸ਼ਲ ਕਹਿ ਕੇ ਉਹਨੂੰ 1 ਕਰੋੜ ਰੁਪਇਆ ਕਿੱਲੇ ਦਾ ਦਿੱਤਾ ਗਿਆ, ਅਤੇ ਜਿਹੜੇ ਕਿਸਾਨ ਨੇ ਇੱਥੇ ਦੁਨੇ ਵਾਲੇ ਪਿੰਡ ਦੇ ਅਤੇ ਭਗਵਾਨਪੁਰਾ ਅਤੇ ਸ਼ੇਰਗੜ੍ਹ ਦੇ, ਉਹਨਾਂ ਨੂੰ ਕਿਸੇ ਨੂੰ 40 ਲੱਖ, ਕਿਸੇ ਨੂੰ 40 ਲੱਖ, ਕਿਸੇ ਨੂੰ 48 ਲੱਖ, ਉਹਨਾਂ ਨੂੰ ਡਿਫਰੈਂਟ ਰੇਟ 'ਤੇ ਪੈਸੇ ਦੇ ਰਹੇ ਨੇ। ਅਸੀਂ ਇਹ ਸਮਝਦੇ ਹਾਂ ਵੀ ਤੁਸੀਂ ਕਮਰਸ਼ਲ 'ਤੇ ਬਣਾ ਕੇ ਕਿਸੇ ਨੂੰ, ਜਿਹੜੇ ਹੁਣ ਪਥਰਿਆਲੇ ਪਿੰਡ ਵਾਲੇ ਆ, ਪਹਿਲਾਂ ਉਹਨਾਂ ਦੀਆਂ ਜ਼ਮੀਨਾਂ ਦੇ ਵੀ ਰੇਟ ਘੱਟ ਸੀ, ਉਹਨਾਂ ਨੇ ਜਦੋਂ ਸੰਘਰਸ਼ ਕੀਤਾ, ਤੁਸੀਂ ਲੱਠ ਚਾਰਜ ਵੀ ਕੀਤਾ ਉੱਥੇ, ਉਹਨਾਂ ਦੀਆਂ ਜ਼ਮੀਨਾਂ ਦੀ ਕੀਮਤ ਹੁਣ 72 ਲੱਖ ਰੁਪਇਆ ਹੋ ਗਿਆ। ਇਸ ਕਰਕੇ ਜਿਹੜੇ ਸੰਘਰਸ਼ ਕਰਦੇ ਨੇ ਜਾਂ ਜਿਹੜੇ ਫਿਰੋਜ ਵਾਲੇ ਨੇ, ਉਹਨਾਂ ਦੀਆਂ ਕੀਮਤਾਂ ਵੱਧ ਨੇ। ਇੱਧਰ ਕੋਟ ਸ਼ਮੀਰ ਦੇ ਵਿੱਚ 72 ਲੱਖ ਰੁਪਇਆ ਅਤੇ ਪਥਰਿਆਲੇ ਦੇ ਵਿੱਚ 72 ਲੱਖ ਰੁਪਇਆ ਅਤੇ ਮਨਪ੍ਰੀਤ ਬਾਦਲ ਦਾ 1 ਕਰੋੜ ਰੁਪਇਆ ਅਤੇ ਦੁਨੇ ਵਾਲੇ ਪਿੰਡ ਦੇ 48 ਲੱਖ ਕਿਵੇਂ ਲੈਣਗੇ ਜੀ ਕਿਸਾਨ? ਜਿਹੜੀ ਗੱਲ ਇਹ ਸੀ ਵੀ ਲੋਕਾਂ ਨੇ, ਕਿਸਾਨਾਂ ਨੇ ਤਾਂ ਪੈਸੇ ਚੱਕ ਲਏ, ਖਾਮਖਾਂ ਦਾ ਰੌਲਾ ਪਾਉਂਦੇ ਨੇ। ਅਸੀਂ ਉਹਨਾਂ ਨੂੰ ਲਿਸਟਾਂ ਵੀ ਦਿੱਤੀਆਂ ਨੇ ਲਗਭਗ 40 ਘਰਾਂ ਦੀਆਂ, ਅਤੇ ਅਸੀਂ ਉਹ ਬੰਦੇ ਵੀ ਪੇਸ਼ ਕੀਤੇ ਨੇ, ਉਹਨਾਂ ਨੂੰ ਕਿਹਾ ਵੀ ਆਹ ਜਿਹੜੇ ਬੰਦੇ ਨੇ ਇਹਨਾਂ ਨੂੰ ਇੱਕ ਧੇਲਾ ਨਹੀਂ ਮਿਲਿਆ, ਇਹਨਾਂ ਨੇ ਪੈਸਾ ਨਹੀਂ ਚੱਕਿਆ, ਅਤੇ ਇਹਨਾਂ ਦੀਆਂ ਜ਼ਮੀਨਾਂ 'ਤੇ ਜਬਰੀ ਤੁਸੀਂ ਕਬਜ਼ਾ ਕਰ ਰਹੇ ਹੋ। ਇਹਦੇ 'ਤੇ ਫਿਰ ਗੱਲ ਮਤਲਬ ਕਹਾ ਚੱਲੀ ਹੈ, ਜਿਹੜੀ ਸਰਕਾਰ ਇਹ ਪ੍ਰਸ਼ਾਸਨ ਕਹਿ ਰਿਹਾ ਵੀ ਇਹ ਤਾਂ ਬੇਵਜ੍ਹਾ ਲੜ ਰਹੇ ਨੇ, ਕਿਸਾਨ ਤਾਂ ਪੈਸੇ ਚੱਕ ਲਏ ਜੀ, ਕਿਸਾਨਾਂ ਨੂੰ ਤਾਂ ਅਸੀਂ ਪੈਸੇ ਦੇ ਤੇ। ਫਿਰ ਸਾਡਾ ਸਵਾਲ ਇਹ ਹੈ, ਜੇ ਕਿਸਾਨਾਂ 'ਤੇ ਕੰਪਨੀ ਦਾ ਰੌਲਾ ਨਹੀਂ ਕੋਈ, ਫਿਰ ਪੁਲਿਸ ਫੋਰਸ ਜਬਰੀ ਕਬਜ਼ਾ ਕਰਨ, ਚੋਰੀ ਕਬਜ਼ਾ ਕਰਨ ਕਿਉਂ ਆਈ ਹੈ ਉੱਥੇ? ਫਿਰ ਸਾਡਾ ਭੇਡ ਕਿਉਂ ਹੋਇਆ? ਇਹ ਗੱਲ ਦਲੀਲ ਸਾਡੀ ਇਹ ਹੈ ਵੀ ਤੁਸੀਂ ਖਾਮ ਖਾ ਕਹਿ ਰਹੇ ਹੋ, ਇਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ ਵੀ ਬਿਨਾਂ ਵਜ੍ਹਾ ਤੋਂ ਲੜ ਰਹੇ। ਜੀ ਉਗਰਾਹ ਸਾਹਿਬ, ਹੁਣ ਜਦੋਂ ਤੁਹਾਡੀ ਜਦੋਂ ਤੁਸੀਂ ਕਬਜ਼ਾ ਲੈਣ ਗਏ ਸੀ ਜ਼ਮੀਨਾਂ ਦਾ, ਜਿਸ ਦਿਨ ਅਥਰੂ ਗੈਸ ਦੇ ਗੋਲੇ ਚੱਲੇ, ਉਸ ਦਿਨ ਜਦੋਂ ਤੁਹਾਡੀ ਮੀਟਿੰਗ ਹੁੰਦੀ ਹੈ ਪ੍ਰਸ਼ਾਸਨ ਦੇ ਨਾਲ, ਮੈਂ ਦੇਖ ਰਿਹਾ ਸੀ ਜਿਹੜਾ ਜਥੇਬੰਦੀ ਦਾ ਫੇਸਬੁੱਕ ਪੇਜ ਹੈ ਉਹਦੇ 'ਤੇ ਫੋਟੋ ਪਾਈ ਹੋਈ ਅਸੀਂ ਸਾਰੀਆਂ, ਉਹ ਇੱਕ ਘਰ ਦੇ ਵਿੱਚ ਤੁਹਾਡੀ ਮੀਟਿੰਗ ਹੋਈ ਹੈ, ਉਸ ਮੀਟਿੰਗ ਦੇ ਵਿੱਚ ਪ੍ਰਸ਼ਾਸਨ ਦੇ ਨਾਲ ਕੀ ਗੱਲਬਾਤ ਹੋਈ ਹੈ? ਦੇਖੋ ਜੀ, ਪ੍ਰਸ਼ਾਸਨ ਦੇ ਨਾਲ ਅਸੀਂ ਉਹ ਜਿਹੜੀ ਗੱਲ ਕਹਿੰਦੇ ਸੀ ਵੀ ਸਾਰੇ ਬੰਦਿਆਂ ਨੇ ਪੈਸੇ ਚੱਕ ਲਏ, ਤਾਂ ਹੁਣ ਲਿਸਟਾਂ ਦੇਣੀਆਂ ਨੇ, ਅਸੀਂ ਆਪਦੀ 5 ਮੈਂਬਰੀ ਕਮੇਟੀ ਬਣਾਈ ਹੈ, ਪ੍ਰਸ਼ਾਸਨ ਨੇ 5 ਦਿਨਾਂ ਦਾ ਸਮਾਂ ਲਿਆ ਵੀ ਇਹ ਕਨਫਰਮ ਕਰਾਂਗੇ, ਇਹਦੀ ਖਾਤਰ ਕੀਮਤਾਂ ਵਧਾਉਣ ਦੀ ਖਾਤਰ ਕਿਹੜੇ ਪ੍ਰੋਸੈਸ ਦੀ ਕਿਹੜੇ ਤਰੀਕੇਕਾਰ ਦੀ ਲੋੜ ਹੈ, ਇਹ 5 ਦਿਨਾਂ 'ਚ ਇਹਦੀ ਅਮਲਦਾਰੀ ਕਰ ਦੇਵਾਂਗੇ। ਜਿੰਨਾ ਚਿਰ ਇਹ ਅਮਲਦਾਰੀ ਪੂਰੀ ਨਹੀਂ ਹੁੰਦੀ, ਚਾਹੇ ਇਹ ਮਸਲਾ ਸੁਲਝਦਾ ਨਹੀਂ, ਉਹਨਾਂ ਚਿਰ ਇਹ ਜ਼ਮੀਨਾਂ ਦੇ ਵਿੱਚ ਕੰਮ ਨਹੀਂ ਹੋਊਗਾ। ਇਸ ਗੱਲ 'ਤੇ 3 ਤਰੀਕ ਵਾਲੇ ਦਿਨ ਸਾਡੀ ਮੀਟਿੰਗ ਤਕਰੀਬਨ 3 ਘੰਟੇ ਚੱਲੀ ਹੈ ਬਠਿੰਡਾ ਪ੍ਰਸ਼ਾਸਨ ਨਾਲ, ਇਸ ਗੱਲ 'ਤੇ ਸਾਡੀ ਗੱਲ ਸਹਿਮਤੀ ਹੋ ਕੇ ਇਹ ਗੱਲ ਮੁੱਕ। ਜੀ ਉਗਰਾਹ ਸਾਹਿਬ, ਮੈਂ ਇਹ ਪੂਰਾ ਪ੍ਰੋਜੈਕਟ ਦੇਖਿਆ, ਭਾਰਤਮਾਲਾ ਪ੍ਰੋਜੈਕਟ ਪੂਰਾ, ਇਹਨੂੰ ਸਟੱਡੀ ਕੀਤਾ, ਅਤੇ ਸਰਕਾਰ ਦਾ ਜਿਹੜਾ ਲੌਜਿਕ ਹੈ ਇਸ ਪ੍ਰੋਜੈਕਟ ਨੂੰ ਲੈ ਕੇ, ਉਹ ਹੈਗਾ ਕਿ ਇਹ ਇੱਕ ਟ੍ਰੇਡ ਰੂਟ ਹੈ। ਜੇਕਰ ਅਸੀਂ ਚਾਹੁੰਦੇ ਹਾਂ ਕਿ ਦੇਸ਼ ਦੀ ਇਕੋਨਮੀ ਨੂੰ ਅੱਗੇ ਲੈ ਕੇ ਜਾਣਾ, ਦੇਸ਼ ਦੇ ਵਿੱਚ ਅਸੀਂ ਇੰਪਲੋਇਮੈਂਟ ਪੈਦਾ ਕਰਨੀ ਹੈ, ਦੇਸ਼ ਨੂੰ ਵਿਕਾਸ ਦੀਆਂ ਲੀਹਾਂ 'ਤੇ ਖੜਾ ਕਰਨਾ, ਤਾਂ ਆਪਾਂ ਨੂੰ ਇਸ ਪ੍ਰੋਜੈਕਟ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ, ਸਾਨੂੰ ਵੀ ਸਰਕਾਰ ਦਾ ਸਾਥ ਦੇਣ ਸਾਰੇ ਲੋਕ।
ਅਤੇ ਦੂਜੇ ਪਾਸੇ ਕਿਸਾਨ ਨਾ ਖੁਸ਼ ਨੇ। ਕਿਸਾਨ ਕਹਿ ਰਹੇ ਨੇ ਕਿ ਸਾਡੀਆਂ ਜ਼ਮੀਨਾਂ ਧੱਕੇ ਦੇ ਨਾਲ ਦੱਬੀਆਂ ਜਾ ਰਹੀਆਂ ਨੇ। ਫਿਰ ਇੱਥੇ ਇਹ ਵੀ ਕਈ ਵਾਰ ਤਰਕ ਦੇ ਦਿੰਦਾ ਪ੍ਰਸ਼ਾਸਨ ਕਹਿ ਲਓ ਜਾਂ ਕਾਰਪੋਰੇਟ ਵਰਲਡ ਕਹਿ ਲਓ ਜਾਂ ਸਰਕਾਰਾਂ ਕਹਿ ਲਓ ਕਿ ਕਿਸਾਨ ਤਾਂ ਵਿਕਾਸ ਵਿਰੋਧੀ ਹੈ, ਵਿਕਾਸ ਰੋਕਦਾ। ਕੀ ਸੱਚਮੁੱਚ ਕਿਸਾਨ ਵਿਕਾਸ ਵਿਰੋਧੀ ਹੈ? ਦੇਖੋ ਜੀ, ਕਿਸਾਨ ਦਾ ਵਿਕਾਸ ਹੋਵੇ ਭਲਾ ਜੀ ਗੁਰਜਿੰਦਰ, ਕਿਸਾਨ ਦੇ ਵਿਕਾਸ ਹੋਵੇ ਤਾਂ ਕਿਸਾਨ ਵਿਰੋਧ ਕਿਉਂ ਕਰਨਗੇ ਜੀ? ਜੇ ਵਿਕਾਸ ਕਿਸੇ ਹੋਰ ਦਾ ਹੋ ਰਿਹਾ ਅਤੇ ਸਾਡਾ ਵਿਨਾਸ਼ ਹੋ ਰਿਹਾ, ਫਿਰ ਵਿਰੋਧ ਹੋਊਗਾ। ਅਸੀਂ ਕਹਿੰਦੇ ਹਾਂ ਵੀ ਤੁਸੀਂ ਕਾਰਪੋਰੇਟ ਦਾ ਵਿਕਾਸ ਕਰ ਰਹੇ ਹੋ, ਆਹ ਜਿਹੜੀ ਭਾਰਤਮਾਲਾ ਪ੍ਰੋਜੈਕਟ ਦੀਆਂ ਸੜਕਾਂ ਤੁਸੀਂ ਕੱਢ ਰਹੇ ਹੋ, ਇਹ ਕਾਰਪੋਰੇਟ ਦੀ ਖਾਤਰ ਨੇ, ਅਡਾਨੀ ਅੰਬਾਨੀ ਦੀ ਖਾਤਰ ਨੇ। ਤੁਸੀਂ ਅਡਾਨੀ ਅੰਬਾਨੀਆਂ ਦੀ ਸੇਵਾ ਕਰ ਰਹੇ ਹੋ। ਕੱਲ੍ਹ ਪਾਰਲੀਮੈਂਟ ਦੇ ਵਿੱਚ 2 ਘੰਟੇ ਪਾਰਲੀਮੈਂਟ ਚੱਲੀ ਨਹੀਂ ਜੀ ਇਸ ਗੱਲ 'ਤੇ ਕਿ ਅਡਾਨੀ ਦੇ ਉੱਤੇ ਕਿੰਨੇ ਵੱਡੇ ਦੋਸ਼ ਨੇ ਘਪਲੇ ਕਰਨ ਦੇ, ਕਿੰਨਾ ਸ਼ਰਮਾ, ਕਿੰਨੇ ਦੇਸ਼ਾਂ ਦੇ ਵਿੱਚ ਨਾਲ ਉਹਨੇ ਘਪਲੇ ਕੀਤੇ ਨੇ। ਅਮੈਰੀਕਾ ਦੇ ਵਿੱਚ ਉਹਦੇ 'ਤੇ ਪਰਚਾ ਦਰਜ ਹੋ ਗਿਆ। ਤੁਸੀਂ ਉਹਨਾਂ ਦਾ ਪੱਖ ਪੂਰ ਰਹੇ ਹੋ ਜਿਹੜੇ ਚੋਰ ਨੇ, ਜਿਹੜੇ ਦੇਸ਼ ਨੂੰ ਖਾਈ ਜਾਂਦੇ ਨੇ। ਆਹ ਜਿਹੜੀਆਂ ਭਾਰਤਮਾਲਾ ਪ੍ਰੋਜੈਕਟ ਨੇ ਸੜਕਾਂ ਨੇ, ਇਹ ਆਮ ਜਨਤਾ ਦੀ ਖਾਤਰ ਨਹੀਂ, ਨਾ ਇਹ ਕਿਸਾਨਾਂ ਖਾਤਰ ਨੇ, ਨਾ ਮਜ਼ਦੂਰਾਂ ਖਾਤਰ ਨੇ। ਇਹਦਾ ਵੱਡੀਆਂ ਕਾਰਪੋਰੇਟ ਕੰਪਨੀਆਂ ਆਪਣਾ ਮਾਲ ਲਿਆ ਕੇ ਇੱਧਰੋਂ ਉੱਧਰੋਂ ਵੇਚਣਗੀਆਂ, ਇੱਧਰੋਂ ਕੱਚਾ ਮਾਲ ਲੈ ਕੇ ਜਾਣਗੀਆਂ। ਉਹਨਾਂ ਦੀ ਖਾਤਰ ਤੁਸੀਂ ਬੰਦਰਗਾਹਾਂ ਨਾਲ ਜੁੜਿਆ ਹੋਇਆ, ਇਹਨਾਂ ਨੇ ਏਅਰਪੋਰਟਾਂ ਨਾਲ ਜੁੜਿਆ, ਰੇਲਵੇ ਸਟੇਸ਼ਨਾਂ ਨਾਲ ਜੁੜਿਆ ਹੋਇਆ। ਇਹ ਭਾਰਤਮਾਲਾ ਪ੍ਰੋਜੈਕਟ ਦੀਆਂ ਜਿਹੜੇ ਪੰਜਾਬ ਦੇ ਵਿੱਚ ਤੁਸੀਂ 7 ਡੰਪ ਬਣਾ ਰਹੇ ਹੋ, ਜਿਹਦੇ 7,000 ਏਕੜ ਜ਼ਮੀਨ ਤੁਸੀਂ ਰੋਕਣੀ ਹੈ, ਜਿਹੜੇ ਸਮਾਰਟ ਸ਼ਹਿਰ ਬਣਾ ਰਹੇ ਹੋ ਤੁਸੀਂ, ਇਹ ਉਹਨਾਂ ਦੀ ਖਾਤਰ ਬਣ ਰਹੇ ਨੇ ਜੀ। ਇਹ ਤਾਂ ਉਹਨਾਂ ਦੇ ਟਿਕਾਣੇ ਨੇ, ਉਹਨਾਂ ਦੇ ਅੱਡੇ ਨੇ, ਤੁਸੀਂ ਉਹਨਾਂ ਦੀ ਖਾਤਰ ਇਹ ਸਾਰਾ ਕੁਛ ਬਣਾ ਕੇ ਸਾਡੇ ਤੋਂ ਤਾਂ ਖੋਹ ਕੇ ਉਹਨਾਂ ਦੀ ਜੇਬਾਂ 'ਚ ਪਾਉਣ ਦੀ ਗੱਲ ਕਰ ਰਹੇ ਹੋ। ਇਹੀ ਸਾਡਾ ਰੌਲਾ ਹੈ, ਇਹੀ 3 ਕਾਨੂੰਨਾਂ ਵੇਲੇ ਰੌਲਾ ਸੀ, ਇਹੀ ਅੱਜ ਹੈ ਜੀ। ਗੁਰਾਂ ਸਾਹਿਬ, ਜਦੋਂ ਤੁਸੀਂ ਲੋਕਾਂ ਦੇ ਨਾਲ ਗੱਲ ਕਰਦੇ ਹੋ ਇਸ ਪ੍ਰੋਜੈਕਟ ਨੂੰ ਲੈ ਕੇ, ਜਾਂ ਉਹ ਲੋਕ ਜਿਨ੍ਹਾਂ ਦੀਆਂ ਜ਼ਮੀਨਾਂ ਆ ਰਹੀਆਂ ਨੇ, ਲੋਕਾਂ ਦੀ ਮੈਂਟੈਲਿਟੀ ਕੀ ਹੈ, ਕਿਸ ਮਾਨਸਿਕਤਾ ਨਾਲ ਸੋਚਦੇ ਨੇ ਲੋਕ? ਲੋਕ ਸੋਚਦੇ ਨੇ ਕਿ ਅਸੀਂ ਜ਼ਮੀਨਾਂ ਦੇਣੀਆਂ ਨੇ, ਸਾਡੀਆਂ ਜ਼ਮੀਨਾਂ ਧੱਕੇ ਨਾਲ ਦੱਬੀਆਂ ਜਾ ਰਹੀਆਂ ਨੇ, ਜਾਂ ਲੋਕ ਸੋਚਦੇ ਨੇ ਕਿ ਸਾਨੂੰ ਮੁਆਵਜ਼ਾ ਵੱਧ ਮਿਲੇ? ਦੇਖੋ, ਉਪਜਾਊ ਜ਼ਮੀਨਾਂ ਧੱਕੇ ਨਾਲ ਲੈਣ ਦੀ, ਦੇਖੋ ਜੀ, ਜਾਂ ਕਾਇਰ ਕਰਨ ਦਾ ਇੱਕ ਇਹਨਾਂ ਨੇ ਕਾਨੂੰਨ ਬਣਾਇਆ, ਲੈਂਡ ਐਕੁਜੀਸ਼ਨ ਐਕਟ। ਲੈਂਡ 'ਚ ਕਾਇਰ ਕਰਦੇ ਹੋ, ਕਲੈਕਟਰ ਰੇਟ ਦੇ ਕੇ ਤੁਹਾਡੇ ਬੈਂਕ ਦੇ ਵਿੱਚ ਪੈਸੇ ਰੱਖਤੇ ਜੀ, ਤੁਹਾਨੂੰ ਨੋਟਿਸ ਭੇਜਤਾ, ਤੁਸੀਂ ਜਿਹੜਾ ਇਤਰਾਜ਼ ਹੈ ਤੁਸੀਂ ਓਬਜੈਕਸ਼ਨ ਲਿਖਾ ਦਿਉ, ਅਤੇ ਜ਼ਮੀਨਾਂ ਕਾਇਰ ਕਰਕੇ ਧੱਕੇ ਨਾਲ, ਜਾਂ ਤੁਸੀਂ ਛੱਡ ਦਿਓ, ਨਹੀਂ ਉਦੋਂ ਬਾਅਦ ਡਾਂਗ ਦੇ ਜੋ ਉਹਨਾਂ ਛੁਡਾ ਲਾਂਗੇ। ਇਹ ਜਿਹੜੀ ਧੱਕੜਸ਼ਾਹੀ ਹੈ, ਇਹਦਾ ਅਸੀਂ ਵਿਰੋਧ ਕਰਦੇ ਹਾਂ। ਅਸੀਂ ਕਹਿੰਦੇ ਹਾਂ ਵੀ ਤੁਸੀਂ ਹੁਣ ਤੱਕ, ਫਿਰ ਅਸੀਂ ਇਹਨਾਂ ਨੂੰ ਉਦਾਹਰਨ ਦਿੱਤੀ ਹੈ ਵੀ ਜਿਹੜੀਆਂ ਇਹ ਭਾਰਤਮਾਲਾ ਪ੍ਰੋਜੈਕਟ ਦੀਆਂ ਸੜਕਾਂ ਨੇ, ਇਹਨਾਂ ਦਾ ਵਿਰੋਧ ਹੋ ਰਿਹਾ ਬਹੁਤ ਜ਼ੋਰ ਨਾਲ, ਬਹੁਤ ਥਾਵਾਂ 'ਤੇ ਹੋ ਰਿਹਾ। ਦੇਖੋ, ਮਲੇਰਕੋਟਲੇ ਦੇ ਵਿੱਚ ਹੋਇਆ, ਪਹਿਲਾਂ ਭਵਾਨੀਗੜ੍ਹ ਦੇ ਵਿੱਚ ਹੋਇਆ, ਇਹ ਖੱਟੜਾ ਐਕਸਪ੍ਰੈਸ ਦਾ ਵਿਰੋਧ ਦੇਖੋ ਕਪੂਰਥਲੇ 'ਚ ਵੀ ਹੋ ਰਿਹਾ, ਇੱਧਰੋਂ ਪਥਰਿਆਲੇ ਦੇ ਵਿੱਚ ਪਹਿਲਾਂ ਲਾਠੀਚਾਰਜ ਹੋਇਆ, ਹੁਣ ਇਹ ਦੁਨੀਆ ਵਾਲੇ ਹੋ ਰਿਹਾ। ਯਾਨੀ ਇਹਨਾਂ ਦਾ ਜਗ੍ਹਾ ਜਗ੍ਹਾ 'ਤੇ ਵਿਰੋਧ ਇਸ ਕਰਕੇ ਹੋ ਰਿਹਾ ਹੈ ਕਿ ਸੰਸਾਰ ਬੈਂਕ ਨੇ ਸਰਕਾਰ ਨੂੰ ਪੈਸੇ ਦਿੱਤੇ, ਸਰਕਾਰ ਨੇ ਕੰਪਨੀਆਂ ਨੂੰ ਕੰਟੈਕਟ ਕਰ ਦਿੱਤਾ, ਅਤੇ ਕੰਟੈਕਟ ਦੇ ਵਿੱਚ ਖੁੱਲ੍ਹੇ ਕੱਫੇ ਦਿੱਤੇ ਹੈ, ਯਾਨੀ 31 ਕਰੋੜ 1 ਕਿਲੋਮੀਟਰ ਦਾ ਕੰਪਨੀਆਂ ਦੇ ਕੋਲ ਪੈਸਾ ਆਇਆ ਹੋਇਆ। ਉਹ ਬਜਾਏ ਉਹਦੇ ਪੈਸੇ ਕਿਸਾਨਾਂ ਨੂੰ ਦੇਣ ਦੇ, ਉਹ 86 ਲੋਕਾਂ ਨੂੰ ਅਤੇ ਬਿਊਰੋਕਰੇਸੀ ਨੂੰ ਵੰਡੇ ਜਾ ਰਹੇ ਨੇ, ਜਿਹਦੇ ਜ਼ੋਰ 'ਤੇ, ਉਹਦੇ ਡਾਂਗ ਦੇ ਜ਼ੋਰ 'ਤੇ ਘੱਟ ਰੇਟ 'ਤੇ ਕਿਸਾਨਾਂ ਤੋਂ ਜ਼ਮੀਨਾਂ ਖੋਹ ਕੇ ਕਾਰਪੋਰੇਟ ਨੂੰ ਦੇਣ ਦੀ ਪੋਲਿਸੀ ਹੈ, ਜਿਹਨੂੰ ਇਹ ਵਿਕਾਸ ਕਹਿ ਰਹੇ ਹੈ। ਇਸ ਕਰਕੇ ਇਹਦਾ ਵਿਰੋਧ ਹੋਣਾ ਵਾਜਬ ਹੈ, ਅਤੇ ਗੈਰ ਵਾਜਬ ਵਿਰੋਧ ਕਦੇ ਨਹੀਂ ਕਰਦੇ। ਜੇ ਵਿਕਾਸ ਹੁੰਦਾ ਜੀ, ਅਸੀਂ ਤਾਂ ਜ਼ਮੀਨ ਇਹਨਾਂ ਨੂੰ ਦਿੰਦੇ ਰਹੇ ਹਾਂ ਪਹਿਲਾਂ ਵਿਕਾਸ ਦੇ ਨਾਂ 'ਤੇ, ਜੇ ਗ੍ਰਿੱਡ ਬਣਾਇਆ ਉਦੋਂ ਜ਼ਮੀਨ ਫ੍ਰੀ ਦਿੱਤੀ ਹੈ, ਸਕੂਲ ਬਣਾਏ ਨੇ ਗ੍ਰਿੱਡ ਉਦੋਂ ਜ਼ਮੀਨਾਂ ਫ੍ਰੀ ਦਿੱਤੀਆਂ ਨੇ, ਡਿਸਪੈਂਸਰੀਆਂ ਬਣਾਈਆਂ ਨੇ ਉਦੋਂ ਜ਼ਮੀਨਾਂ ਫ੍ਰੀ ਦਿੱਤੀਆਂ ਨੇ। ਜਿਹਦੇ ਲੋਕਾਂ ਨੇ ਸਮਝ ਆਉਂਦੀ ਹੈ ਵੀ ਸਾਡੀ ਖਾਤਰ ਇਹ ਵਿਕਾਸ ਹੋ ਰਿਹਾ ਇਹਦਾ, ਤਾਂ ਲੋਕ ਜ਼ਮੀਨਾਂ ਫ੍ਰੀ ਦਿੰਦੇ ਆ ਜੀ। ਜੀ ਬਿਲਕੁਲ,
ਗ੍ਰਹਿਣ ਸਾਹਿਬ ਬੇਸ਼ੱਕ ਮੰਨ ਲਓ ਕਿ ਕਰੋੜ ਮਿਲ ਗਿਆ, 80 ਲੱਖ ਮਿਲ ਗਿਆ, 1.5 ਕਰੋੜ ਮਿਲ ਗਿਆ, 2 ਕਰੋੜ ਮਿਲ ਗਿਆ, ਕੀ ਜ਼ਮੀਨ ਨੂੰ ਪੈਸਿਆਂ ਦੇ ਮੁੱਲ ਦੇ ਵਿੱਚ ਤੋਲਿਆ ਜਾ ਸਕਦਾ? ਜੇਕਰ ਆਪਾਂ ਪੂਰੀ ਕਿਸਾਨੀ ਦੇ ਅੱਗੇ ਇੱਕ ਸਵਾਲ ਰੱਖੀਏ। ਬਿਲਕੁਲ ਨਹੀਂ ਜੀ, ਬਿਲਕੁਲ ਬਿਲਕੁਲ ਨਹੀਂ। ਇਹ ਪੈਸੇ ਨੇ ਖੜਨਾ, ਪੈਸੇ ਨੇ ਰਹਿਣਾ ਨਹੀਂ। ਜ਼ਮੀਨਾਂ ਅਸੀਂ ਕਹਿ ਰਹੇ ਹਾਂ ਕਿਸਾਨਾਂ ਨੂੰ ਵੀ ਬਿਲਕੁਲ ਨਹੀਂ ਵੇਚਣੀਆਂ। ਸਰਕਾਰ ਤਾਂ ਧੱਕੇ ਨਾਲ ਲੈ ਰਹੀ ਹੈ ਨਾ ਜੀ। ਸਰਕਾਰ ਦੀ ਤਾਂ ਇਹ ਪੋਲਸੀ ਹੈ ਵੀ ਖੇਤੀ ਸੈਕਟਰ ਦੇ ਵਿੱਚੋਂ ਕਿਸਾਨਾਂ ਨੂੰ ਕਿਵੇਂ ਬਾਹਰ ਕੱਢ ਦਈਏ, ਖੇਤੀ ਸੈਕਟਰ ਅਤੇ ਕਾਰਪੋਰੇਟ ਦਾ ਕਬਜ਼ਾ ਕਿਵੇਂ ਕਰਾ ਦਈਏ। ਦੁੱਧ ਪਾਣੀ ਖਾਣ ਦੀਆਂ ਵਸਤਾਂ, ਫਲ ਫਰੂਟ, ਆਂਡੇ ਮੀਟ, ਇਹ ਸਾਰੀਆਂ ਵਸਤਾਂ 'ਤੇ ਕਾਰਪੋਰੇਟ ਦਾ ਕਬਜ਼ਾ ਕਰਾ ਕੇ ਸਾਨੂੰ ਇਸ ਧੰਦੇ 'ਚੋਂ ਬਾਹਰ ਕਰਨਾ ਚਾਹੁੰਦੇ ਨੇ। ਇਹੀ ਇੱਕ ਵੱਡੀ ਪੋਲਸੀ ਹੈ। ਆਹ ਜਿਹੜੀਆਂ ਹੁਣ ਵੱਡੀਆਂ ਵੱਡੀਆਂ ਜੋ ਕੰਪਨੀਆਂ ਆ ਰਹੀਆਂ ਨੇ, ਜਿਵੇਂ ਪ੍ਰਚੂਨ ਖੇਤਰ ਦੇ ਵਿੱਚ ਐਮਾਜ਼ੋਨ ਹੈ, ਫਲਿੱਪਕਾਰਟ ਹੈ, ਅਤੇ ਵਾਲਮਾਰਟ ਹੈ, ਡੀ ਮਾਰਟ ਹੈ, ਅਵਾਨੀ ਅਡਾਨੀ ਵਰਗੀਆਂ, ਅਤੇ ਆਪਣੀਆਂ ਵੱਡੀਆਂ ਕਾਰਗਲ ਵਰਗੀਆਂ, ਮਨਸੀਟੋ ਵਰਗੀਆਂ ਕੰਪਨੀਆਂ ਜਿਹੜੀਆਂ ਆ ਰਹੀਆਂ ਨੇ, ਪ੍ਰਚੂਨ ਖੇਤਰ ਨੂੰ ਵੀ ਤਬਾਹ ਕਰਕੇ, ਐਗਰੀਕਲਚਰ ਖੇਤਰ ਨੂੰ ਤਬਾਹ ਕਰਕੇ, ਸਾਰੇ ਪਬਲਿਕ ਸੈਕਟਰ 'ਤੇ ਕਬਜ਼ਾ ਕਰਕੇ ਲੋਕਾਂ ਨੂੰ ਗੁਲਾਮ ਬਣਾਉਣਾ ਚਾਹੁੰਦੇ ਹੈ, ਜਿਹਦੇ ਕਰਕੇ ਵੱਡੀ ਪੱਧਰ 'ਤੇ ਇਹਦਾ ਵਿਰੋਧ ਹੋ ਰਿਹਾ ਜੀ। ਗ੍ਰਹਿਣ ਸਾਹਿਬ ਹੁਣ ਅੱਗੇ ਦਾ ਕੀ ਪਲਾਨ ਆ ਇਸ ਪ੍ਰੋਜੈਕਟ ਨੂੰ ਲੈ ਕੇ ਜਥੇਬੰਦੀ ਦਾ? ਦੇਖੋ ਜੀ, ਸੰਘਰਸ਼ ਸਾਡਾ ਇੱਕ ਪਲਾਨ ਹੈ, ਇਹੀ ਸਾਡਾ ਇੱਕ ਹਥਿਆਰ ਹੈ। ਅਸੀਂ ਲੋਕਾਂ ਦੇ ਵਿੱਚ ਇੱਕ ਗੱਲ ਤਾਂ ਬਹੁਤ ਸਾਫ਼ ਤੌਰ 'ਤੇ ਲੋਕਾਂ 'ਚ ਪਹੁੰਚਾਉਣ 'ਚ ਕਾਮਯਾਬ ਹੋ ਗਏ ਕਿ ਅਡਾਨੀਆਂ ਅਵਾਨੀਆਂ ਦਾ ਦੇਸ਼ ਹੈ ਇਹ। ਜਿਹੜੀਆਂ ਸਾਡੀਆਂ ਸਰਕਾਰਾਂ ਨੇ ਉਹ ਅਡਾਨੀਆਂ ਅਵਾਨੀਆਂ ਦੇ ਸਿਰ 'ਤੇ ਚੱਲਦੀਆਂ ਨੇ। ਜਿਹੜਾ ਕਾਰਪੋਰੇਟ ਹੈ ਇੱਕ ਵੱਡਾ ਦੈਂਤ ਹੈ, ਜਿਹਨਾਂ ਦਾ ਸਰਕਾਰ ਦੇ ਉੱਤੇ ਦਬਾਅ ਹੈ। ਉਹ ਦੈਂਤ ਦੀਆਂ ਮਰਜ਼ੀ ਦੀਆਂ ਨੀਤੀਆਂ ਬਣਦੀਆਂ ਜਿਹੜੀਆਂ ਕਿਸਾਨਾਂ ਮਜ਼ਦੂਰਾਂ ਦੇ ਪੱਖ ਦੀਆਂ ਨਹੀਂ। ਇਸ ਕਰਕੇ ਅਸੀਂ ਸਾਰਿਆਂ ਨੂੰ ਇਹ ਹੋਕਾ ਦਿੰਦੇ ਹਾਂ ਵੀ ਭਰਾਵੋ, ਇਕੱਠੇ ਹੋ ਕੇ ਸੰਘਰਸ਼ ਕਰੋ। ਸੰਘਰਸ਼ ਹੀ ਇੱਕ ਇਹਦਾ ਚਾਰਾ ਹੈ, ਇਹੀ ਇੱਕ ਵਸੀਲਾ ਹੈ ਜਿਹਦੇ ਨਾਲ ਸਾਡੀਆਂ ਜ਼ਮੀਨਾਂ ਵੱਧ ਸਕਦੀਆਂ ਨੇ, ਜਿਹਦੇ ਨਾਲ ਸਾਡਾ ਰੁਜ਼ਗਾਰ ਵੱਧ ਸਕਦਾ ਹੈ, ਜਿਹਦੇ ਨਾਲ ਸਾਡੇ ਆਉਣ ਵਾਲੇ ਸਮੇਂ 'ਚ ਬੱਚਿਆਂ ਦਾ ਭਵਿੱਖ ਵੱਧ ਸਕਦਾ ਹੈ। ਇਹੀ ਇੱਕ ਹੀਲਾ, ਇਹੀ ਇੱਕ ਵਸੀਲਾ ਹੈ। ਸੰਘਰਸ਼ ਤੋਂ ਬਗੈਰ ਇਹਦਾ ਕੋਈ ਹੱਲ ਨਹੀਂ ਜੀ। ਗ੍ਰਹਿਣ ਸਾਹਿਬ, ਅਖੀਰ ਦੇ ਵਿੱਚ ਮੈਂ ਇੱਕ ਮੌਜੂਦਾ ਜਿਹੜਾ ਕਿਸਾਨੀ ਦਾ ਚੱਲ ਰਿਹਾ ਉਹਦੇ 'ਤੇ ਵੀ ਗੱਲ ਕਰਨਾ ਚਾਹੂੰਗਾ ਕਿ ਜਿਹੜਾ ਉੱਤਰ ਭਾਰਤ ਦਾ ਕਿਸਾਨ ਤਾਲਮੇਲ ਸੰਗਠਨ ਬਣਿਆ ਹੋਇਆ ਜਿਹਦੇ 'ਚ ਤਮਾਮ ਕਿਸਾਨ ਜਥੇਬੰਦੀਆਂ ਨੇ, ਅਤੇ MSP ਨੂੰ ਲੈ ਕੇ ਕੌਲ ਦਿੱਤੀ ਸੀ ਪਿਛਲੇ ਸਾਲ 13 ਫਰਵਰੀ ਨੂੰ, 2024 ਦੇ ਹੀ ਸਾਲ 13 ਫਰਵਰੀ ਨੂੰ। ਉਦੋਂ ਤੋਂ ਕਿਸਾਨ ਸ਼ੰਭੂ ਬੈਠੇ ਸੀ, ਉਦੋਂ ਤੋਂ ਹੀ ਖਨੌਰੀ ਬੈਠੇ ਸੀ, ਡੱਬ ਵਾਲੀ ਉੱਧਰ ਕਿਸਾਨ ਬੈਠੇ ਰਹੇ, ਅਤੇ ਮੇਨ ਖਨੌਰੀ ਅਤੇ ਆਪਣਾ ਸ਼ੰਭੂ ਮੋਰਚਾ ਸੀ। ਪਿਛਲੇ ਦਿਨੀ ਚੰਡੀਗੜ੍ਹ ਪ੍ਰੈਸ ਕਾਨਫਰੰਸ ਕਰਦੇ ਨੇ ਸਾਰੇ ਕਿਸਾਨ ਆਗੂ ਇਕੱਠੇ ਹੋ ਕੇ, ਉੱਥੋਂ ਅਗਲੀ ਜਿਹੜੀ ਰਣਨੀਤੀ ਆ ਉਹ ਲਿਖਦੇ ਨੇ ਕਿ 6 ਦਸੰਬਰ ਨੂੰ ਅਸੀਂ ਜਥਿਆਂ ਦੇ ਰੂਪ ਦੇ ਵਿੱਚ ਦਿੱਲੀ ਪੈਦਲ ਮਾਰਚ ਕਰਾਂਗੇ। ਨਾਲੋ ਨਾਲ ਸਿੱਧੂ ਯੂਨੀਅਨ ਦੇ ਜਿਹੜੇ ਪ੍ਰਧਾਨ ਨੇ ਜਗਜੀਤ ਸਿੰਘ ਡੱਲੇਵਾਲ ਸਾਹਿਬ, ਉਹਨਾਂ ਨੇ ਕੌਲ ਦਿੱਤੀ ਸੀ ਕਿ ਮੈਂ ਮਰਨ ਵਰਤ 'ਤੇ ਬੈਠੂੰਗਾ, ਅਤੇ ਖਨੌਰੀ ਤੋਂ ਉਹਨਾਂ ਨੂੰ ਪ੍ਰਸ਼ਾਸਨ ਨੇ ਹਿਰਾਸਤ ਦੇ ਵਿੱਚ ਲੈ ਕੇ DMC ਭਰਤੀ ਕਰਾਤਾ। ਤੁਹਾਡਾ ਕੀ ਕਮੈਂਟ ਹੈ ਇਸ ਪੂਰੀ ਸਟਰਗਲ ਦੇ ਉੱਪਰ? ਦੇਖੋ, ਇਹ ਬਹੁਤ ਗੁਰਜਿੰਦਰ ਮੰਦਭਾਗੀ ਘਟਨਾ। ਜਿਹੜਾ ਸਰਕਾਰ ਨੇ ਇੱਕ ਜਮਹੂਰੀ ਸ਼ਾਸਨ ਸ਼ਾਂਤਮਈ ਤਰੀਕੇ ਨਾਲ ਅੰਦੋਲਨ ਕਰ ਰਹੇ ਨੇ, ਉਹ ਫਰਵਰੀ ਤੋਂ ਬੈਠੇ ਨੇ, 9 ਮਹੀਨੇ ਹੋ ਗਏ ਉਹਨਾਂ ਨੂੰ। ਉਹਨਾਂ ਦਾ ਹੱਕ ਹੈ, ਅਧਿਕਾਰ ਹੈ, ਜਮਹੂਰੀ ਹੱਕ ਹੈ, ਇਹ ਸਾਡੇ ਸੰਵਿਧਾਨ ਨੇ ਉਹਨਾਂ ਨੂੰ ਅਧਿਕਾਰ ਦਿੱਤਾ ਹੋਇਆ। ਅਤੇ ਜੇਕਰ ਉਹ ਇਸ ਤਰ੍ਹਾਂ ਦੀ ਮਨਮਰਤ ਜਾਂ ਕੋਈ ਭੁੱਖ ਹੜਤਾਲ ਦੀ ਕੋਈ ਕਾਰਵਾਈ ਕਰਦੇ ਨੇ, ਉਦੋਂ ਸਰਕਾਰ ਉਹਨਾਂ ਨੂੰ ਧੱਕੇ ਜਣਾ ਚੱਕ ਕੇ ਲੈ ਜਾਂਦੀ ਹੈ, ਚੋਰੀਓ ਚੱਕ ਕੇ ਲੈ ਜਾਂਦੀ ਹੈ, ਫੋਰਸੀ ਚੱਕ ਕੇ ਲੈ ਕੇ ਜਾਂਦੀ ਹੈ। ਅਸੀਂ ਇਸ ਜ਼ਬਰ ਦਾ ਵਿਰੋਧ ਕਰਦੇ ਹਾਂ, ਅਸੀਂ ਇਹਦੀ ਬਹੁਤ ਨਿੰਦਿਆ ਕਰਦੇ ਹਾਂ ਸਰਕਾਰ ਦੀ, ਅਤੇ ਡੱਲੇਵਾਲ ਸਾਹਿਬ ਨੂੰ ਰਿਹਾਅ ਕਰਨਾ ਚਾਹੀਦਾ ਸਰਕਾਰ ਨੂੰ, ਅਤੇ ਅਧਿਕਾਰ ਉਹਨਾਂ ਨੂੰ ਦੇਣਾ ਚਾਹੀਦਾ, ਜਾਂ ਉਹਨਾਂ ਦੀਆਂ ਮੰਗਾਂ ਮੰਨ ਕੇ ਉਹਨਾਂ ਦੀ ਤਸੱਲੀ ਕਰਾਓ ਤਾਂ ਵਾਪਸ ਘਰਾਂ ਨੂੰ ਪਰਤਣ। 9 ਮਹੀਨੇ ਹੋ ਗਏ ਸੜਕਾਂ 'ਤੇ ਬੈਠਿਆਂ ਨੂੰ। ਜਿਹੜਾ ਇਹ ਧੱਕੜਸ਼ਾਹੀ ਹੈ,
ਇਹਦਾ ਅਸੀਂ ਸਾਡੀ ਜਥੇਬੰਦੀ ਵੱਲੋਂ ਡਟ ਕੇ ਵਿਰੋਧ ਕਰ ਜੀ ਉਗਰਾਹਾਂ ਸਾਹਿਬ ਇੱਕ ਮੇਰਾ ਹੋਰ ਸਵਾਲ ਐਮ ਐਸ ਪੀ ਲੈਣਾ ਕਿਸਾਨ ਆਗੂਆਂ ਵੱਲੋਂ ਕਿਸਾਨਾਂ ਵੱਲੋਂ ਜਥੇਬੰਦੀਆਂ ਵੱਲੋਂ ਜਾਂ ਸਰਕਾਰ ਵੱਲੋਂ ਐਮ ਐਸ ਪੀ ਦੇਣਾ ਛੋਟਾ ਮਸਲਾ ਇਹ ਜਾਂ ਵੱਡਾ ਮਸਲਾ ਦੇਖੋ ਜੀ ਐਮ ਐਸ ਪੀ ਸਾਰੀਆਂ ਫਸਲਾਂ 'ਤੇ ਦੇਣਾ ਇਹਦਾ ਗਰੰਟੀ ਕਾਨੂੰਨ ਬਣਾਉਣਾ ਇਹ ਗੱਲ ਵਾਜਬ ਹੈ ਪਰ ਹੈ ਬਹੁਤ ਵੱਡੀ ਅਤੇ ਬਹੁਤ ਵੱਡੀ ਤਾਕਤ ਦੀ ਅਤੇ ਇਕਜੁੱਟਤਾ ਦੀ ਲੋੜ ਹੈ ਇਹਦੇ 'ਤੇ ਬਹੁਤ ਵੱਡੇ ਸੰਘਰਸ਼ ਦੀ ਲੋੜ ਹੈ ਕਿਉਂਕਿ ਹਿੰਦੁਸਤਾਨ ਦੀਆਂ ਸਾਰੀਆਂ ਸਟੇਟਾਂ ਬਹੁਤ ਸਾਰੀਆਂ ਸਟੇਟਾਂ ਇਹੋ ਜਿਹੀਆਂ ਨੇ ਜਿਨ੍ਹਾਂ ਨੂੰ ਐਮ ਐਸ ਪੀ ਬਾਰੇ ਜਾਣਕਾਰੀ ਹੀ ਨਹੀਂ ਵੀ ਐਮ ਐਸ ਪੀ ਕੀ ਆ ਜਿੱਥੇ ਐਮ ਐਸ ਪੀ ਹੈ ਨਹੀਂ ਉਹ ਸਟੇਟਾਂ ਅੰਦੋਲਨ ਦੇ ਵਿੱਚ ਜਿੰਨਾ ਚਿਰ ਸ਼ਾਮਿਲ ਨਹੀਂ ਹੁੰਦੀਆਂ ਜਿੰਨਾ ਚਿਰ ਅਵੇਅਰਨੈਸ ਨਹੀਂ ਹੁੰਦੀ ਜਨਤਾ ਦੀ ਵੀ ਐਮ ਐਸ ਪੀ ਕਾਹਦੇ ਵਾਸਤੇ ਕਿਉਂ ਜ਼ਰੂਰੀ ਹੈ ਉਹਨਾਂ 'ਚ ਇਹ ਲੜਾਈ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਨਹੀਂ ਲੜਦੀਆਂ ਉਹਨਾਂ 'ਚ ਇਹ ਲੜਾਈ ਦਾ ਕੋਈ ਮੂੰਹ ਮੱਥਾ ਬਣੇ ਇਹ ਸੰਭਵ ਨਹੀਂ ਹੈ ਬੇਸ਼ੱਕ ਸਾਥੀ ਲੜ ਰਹੇ ਨੇ ਲੜਨ ਦਾ ਹਰ ਇੱਕ ਦਾ ਅਧਿਕਾਰ ਹੈ ਅਸੀਂ ਵੀ ਲੜ ਰਹੇ ਹਾਂ ਸੰਯੁਕਤ ਮੋਰਚੇ ਵੱਲੋਂ ਪਰ ਅਸੀਂ ਉਹਨੇ ਹਿੱਸੇ ਦਾ ਸਮਰਥਨ ਜੁਟਾਉਣ ਦੇ ਵਿੱਚ ਕਾਮਯਾਬ ਨਹੀਂ ਹੋ ਸਕੇ ਕਿਉਂ ਐਮ ਐਸ ਪੀ ਦੀ ਗਰੰਟੀ ਕਾਨੂੰਨ 'ਤੇ ਉਸ ਤਰ੍ਹਾਂ ਦੀ ਜਿੱਡੀ ਵੱਡੀ ਲਾਮਬੰਦੀ ਦੀ ਲੋੜ ਹੈ ਜਿੱਡੇ ਵੱਡੇ ਸਮਰਥਨ ਦੀ ਲੋੜ ਹੈ ਜਿਵੇਂ ਤਿੰਨ ਕਾਲੇ ਕਾਨੂੰਨ ਸੀ ਉਹ 'ਚ ਜਿੱਡਾ ਸਾਨੂੰ ਸਮਰਥਨ ਮਿਲਿਆ ਜਿੱਡਾ ਸਾਨੂੰ ਸਹਿਯੋਗ ਮਿਲਿਆ ਪਿੱਛੋਂ ਤੋਂ ਪੰਜਾਬ ਹਰਿਆਣਾ ਯੂਪੀ ਦੇ ਵਿੱਚੋਂ ਅਤੇ ਹੋਰ ਸਟੇਟਾਂ 'ਚੋਂ ਉਹਦੇ ਕਰਕੇ ਕਾਨੂੰਨ ਵਾਪਸ ਹੋਏ ਨੇ ਜੀ ਐਮ ਐਸ ਪੀ ਤਾਂ ਉਦੋਂ ਕਿਤੇ ਵੱਡੀ ਹੈ ਐਮ ਐਸ ਪੀ ਗਰੰਟੀ ਕਾਨੂੰਨ ਬਣਾਉਣ ਦੀ ਸ਼ਰਤ ਤਾਂ ਉਦੋਂ ਕਿਤੇ ਵੱਡੀ ਹੈ ਇਹਦੇ ਵਾਸਤੇ ਤਾਂ ਬਹੁਤ ਵੱਡੀ ਤਾਕਤ ਜੁਟਾਉਣ ਦੀ ਲੋੜ ਹੈ ਅਤੇ ਇਹਦਾ ਪ੍ਰਚਾਰ ਕਰਕੇ ਇਹਦੇ ਖਾਤਰ ਸੰਘਰਸ਼ ਕਰਨ ਦੀ ਲੋੜ ਹੈ ਸਮਾਂ ਇਹਦੇ 'ਤੇ ਲੱਗੂਗਾ ਕਿਉਂਕਿ ਗੱਲ ਵੱਡੀ ਜੀ ਗੁਰਹਾਨ ਸਾਹਿਬ ਨਵੇਂ ਰਿਫੋਰਮਸ ਤਹਿਤ ਜਿਹੜੀਆਂ ਜ਼ਮੀਨਾਂ ਐਕੁਆਇਰ ਹੋ ਰਹੀਆਂ ਨੇ ਉਹਦੇ ਸੰਦਰਭ ਵਿੱਚ ਤੁਹਾਡੀ ਕਿਸਾਨਾਂ ਨੂੰ ਕੀ ਅਪੀਲ ਹੈ ਸਾਡੇ ਚੈਨਲ ਰਾਹੀਂ ਕਿ ਜਿਹੜੀਆਂ ਜ਼ਮੀਨਾਂ ਐਕੁਆਇਰ ਹੋ ਰਹੀਆਂ ਨੇ ਤੁਸੀਂ ਮੈਸੇਜ ਦੇਣਾ ਚਾਹੋ ਤਾਂ ਜੋ ਸਾਰਿਆਂ ਤੱਕ ਪਹੁੰਚ ਸਕੇ ਉਹ ਦੇਖੋ ਸਾਡੀ ਤੁਹਾਡੇ ਚੈਨਲ ਰਾਹੀਂ ਲੋਕਾਂ ਕਿਸਾਨਾਂ ਨੂੰ ਇਹ ਸੁਨੇਹਾ ਇਹ ਭਰਾਵੋ ਜ਼ਮੀਨਾਂ ਨਾ ਗਵਾ ਲਿਓ ਜ਼ਮੀਨਾਂ ਦੇ ਤੁਹਾਨੂੰ ਪੈਸੇ ਮੂੰਹ ਮੰਗੇ ਮਿਲ ਸਕਦੇ ਹੈ ਪਰ ਪੈਸੇ ਤੁਹਾਡੀ ਰੋਟੀ ਦਾ ਵਸੀਲਾ ਨਹੀਂ ਇਹ ਜ਼ਮੀਨਾਂ ਤੁਹਾਡੇ ਬੱਚਿਆਂ ਦੇ ਭਵਿੱਖ ਦਾ ਵਸੀਲਾ ਨੇ ਤੁਹਾਡੀ ਵਿਰਾਸਤ ਇਹਦੇ ਨਾਲ ਜੁੜੀ ਹੋਈ ਹੈ ਇਹਨਾਂ ਦੇ ਵਿੱਚੋਂ ਤੁਹਾਡੇ ਬਹੁਤ ਸਾਰੀਆਂ ਪੀੜ੍ਹੀਆਂ ਦਰ ਪੀੜ੍ਹੀਆਂ ਨੂੰ ਰੁਜ਼ਗਾਰ ਮਿਲਦਾ ਰਿਹਾ ਗਾਹਾਂ ਮਿਲਣ ਦੀ ਗਰੰਟੀ ਹੈ ਇਸ ਕਰਕੇ ਜ਼ਮੀਨਾਂ ਨਾ ਗਵਾ ਲਿਓ ਜ਼ਮੀਨਾਂ ਦੀ ਲੜਾਈ ਜਦੋਂ ਵੀ ਆਉਂਦੀ ਹੈ ਤਾਂ ਸਰਕਾਰ ਸਿਰਵੱਟਵੀਂ ਲੜਾਈ ਲੜਦੀ ਹੈ ਜ਼ਬਰ ਧੱਕਾ ਕਰਦੀ ਹੈ ਇਹਦਾ ਵਿਰੋਧ ਕਰਨ ਵਾਸਤੇ ਬੱਚੇ ਬੱਚੇ ਨੂੰ ਤਿਆਰ ਰਹਿਣਾ ਚਾਹੀਦਾ ਉਹ ਭਾਵੇਂ ਕਿਸੇ ਦੀ ਵੀ ਜ਼ਮੀਨ ਹੋਵੇ ਜਦੋਂ ਜਬਰੀ ਨੱਪਣ ਦੀ ਸਰਕਾਰ ਗੱਲ ਕਰਦੀ ਹੈ ਉਦੋਂ ਸਾਨੂੰ ਇੱਕਜੁੱਟ ਹੋ ਕੇ ਸੰਘਰਸ਼ ਕਰਨ ਵਾਸਤੇ ਤਿਆਰ ਰਹਿਣਾ ਚਾਹੀਦਾ ਇਹੀ ਤੁਹਾਡੇ ਚੈਨਲ ਦੇ ਰਾਹੀਂ ਅਸੀਂ ਆਮ ਕਿਸਾਨ ਭਰਾਵਾਂ ਨੂੰ ਸਾਰੇ ਮਜ਼ਦੂਰ ਭਰਾਵਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਜੀ ਬਿਲਕੁਲ ਗੁਰਹਾਨ ਸਾਹਿਬ ਤੁਹਾਡੀ ਤਾਂ ਤਮਾਮ ਉਮਰ ਸੰਘਰਸ਼ਾਂ ਦੇ ਵਿੱਚ ਬੀਤੀ ਲਿਖੇ ਲੱਗੀ ਕਿਸਾਨੀ ਦੇ ਵੱਡੀਆਂ ਤੁਸੀਂ ਲੜਾਈਆਂ ਲੜੀਆਂ ਵੱਡੇ ਤੁਹਾਡੇ ਤਜਰਬੇ ਨੇ ਹੁਣ ਵੀ ਤੁਸੀਂ ਲੜਾਈ ਲੜ ਰਹੇ ਹੋ ਕਿਸਾਨਾਂ ਨੂੰ ਅਵੇਅਰ ਕਰ ਰਹੇ ਹੋ ਗਰਾਊਂਡ ਲੈਵਲ 'ਤੇ ਜਾ ਕੇ ਕਿਸਾਨਾਂ ਨਾਲ ਖੜ੍ਹਦੇ ਹੋ ਤੁਹਾਡਾ ਸਾਰਾ ਦਿਨ ਬਿਜੀ ਸ਼ਡਿਊਲ ਹੁੰਦਾ ਲੁਕਾਈ ਦੇ ਲੇਖੇ ਲੱਗਦਾ ਤੁਸੀਂ ਸਾਡੇ ਲਈ ਸਮਾਂ ਕੱਢਿਆ ਗੁਰਹਾਨ ਸਾਹਿਬ ਗੱਲਬਾਤ ਕੀਤੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਜੀ ਧੰਨਵਾਦ